ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਬਲਟੂਹਾ ਉਹਦਾ ਸਿਪਾਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨੀਤੀ 'ਤੇ ਵਿਰਸਾ ਸਿੰਘ ਨੂੰ ਮਾਣ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਤੋਂ ਬਾਹਰ ਵਿਰਸਾ ਸਿੰਘ ਬਲਟੂਹਾ ਨਹੀਂ ਸੋਚ ਸਕਦਾ। ਜੇ ਕਿ ਬੀਬਾ ਬੀਬੀ ਪਰਮਜੀਤ ਖਾਲੜਾ ਜਿਹੜੀ ਹੈ ਜੀ, ਮੇਰੀ ਤਾਂ ਉਹਨਾਂ ਨੂੰ ਸਾਂਝ ਹੈ, ਠੀਕ ਹੈ ਨਾ, ਔਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਮੇਰੀ ਨਜ਼ਦੀਕੀ ਸਾਂਝ ਰਹੀ ਹੈ। ਉਹ ਤਾਂ ਅਕਾਲੀ ਦਲ ਦੇ ਜਨਰਲ ਸਕੱਤਰ ਸੀਗੇ ਜੀ, ਹਿਊਮਨ ਰਾਈਟਸ ਵਿੰਗ ਦੇ ਅਖੀਰ ਤੱਕ ਆਖਰੀ ਸਵਾਸ ਤੱਕ ਉਹ ਅਕਾਲੀ ਦਲ ਦਾ ਹਿੱਸਾ ਸੀਗੇ। ਅਜੇ ਕਿ ਭਾਵੇਂ ਮੈਂ ਬੀਬੀ ਜੀ ਨੂੰ ਵੀ ਕਹਿੰਦਾ ਰਿਹਾ ਕਿ ਤੁਸੀਂ ਅਕਾਲੀ ਦਲ ਵੱਲੋਂ ਲੜ ਲਓ, ਹਾਂਜੀ ਹੁਣ ਤੱਕ ਵੀ ਮੈਂ ਜ਼ੋਰ ਲਾਉਂਦਾ ਰਿਹਾ, ਹਾਂਜੀ ਚਲੋ ਉਹਨਾਂ ਨੇ ਕਿਉਂ ਨਹੀਂ ਲੜੀ, ਕਿਵੇਂ ਨਹੀਂ ਲੜੀ, ਕਿਵੇਂ ਉਹ ਅਕਾਲੀ ਦਲ ਤੋਂ ਦੂਰ ਚਲੇ ਗਏ, ਉਹਨਾਂ ਦੀ ਮਰਜ਼ੀ ਹੈ, ਠੀਕ ਹੈ ਨਾ। ਪਰ ਜਿੱਥੇ ਅਕਾਲੀ ਦਲ ਦਾ ਫੈਸਲਾ ਆਊਗਾ, ਜੋ ਫੈਸਲਾ ਆਊਗਾ, ਵਿਰਸਾ ਸਿੰਘ ਬਲਟੂਹਾ ਦੀ ਇੰਟਰਸਟ ਹੈ ਯਾਰ ਕੀ ਇਲੈਕਸ਼ਨ ਲੜਨ 'ਚ? ਨਹੀਂ ਨਾ ਤਾਂ ਮੈਂ ਦੇਖੋ, ਮੈਂ ਤਾਂ ਪਹਿਲੀ ਤਾਂ ਗੱਲ ਹੈ ਜੀ, ਮੈਂ ਕਦੇ ਟਿਕਟ ਮੰਗ ਕੇ ਲਈ ਨਹੀਂ, ਨਾ ਮੈਂ ਅਹੁਦਾ ਮੰਗ ਕੇ ਲਿਆ ਅਤੇ ਨਾ ਮੈਂ ਇਹਨਾਂ ਰਾਹਾਂ ਦਾ ਪਾਉਂਦੀ ਸੀਗਾ। ਮੈਂ ਤਾਂ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ, ਮੈਂ ਤਾਂ ਉਹ ਸੀਗਾ ਕਿ ਸਾਡੇ ਦਿਮਾਗਾਂ 'ਚ ਬਿਠਾ ਦਿੱਤਾ ਗਿਆ ਸੀ ਜਾਂ ਪਰੋਸਿਆ ਅਜਿਹਾ ਗਿਆ ਸੀ ਜਾਂ ਅਸੀਂ ਮਹਿਸੂਸ ਕਰਦੇ ਸੀ ਉਸ ਸਮੇਂ, ਅਸੀਂ ਵੀ ਸਿਆਸਤ ਨੂੰ ਆਮ ਕਰਕੇ ਜਿਸ ਤਰ੍ਹਾਂ ਹੁੰਦਾ ਨਾ ਨਫ਼ਰਤ ਜੀ ਦੀ ਨਿਗਾਹ ਦੇ ਨਾਲ ਹੀ ਅਸੀਂ ਦੇਖਦੇ ਸੀ, ਪਰ ਇਹ ਸਬੱਬ ਬਣਦੇ ਨੇ ਔਰ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਸੋਝੀ ਆਉਂਦੀ ਹੈ। ਔਰ ਨਾ ਮੈਂ ਰਾਜਨੀਤੀ 'ਚ ਆਉਣਾ ਚਾਹੁੰਦਾ ਸੀਗਾ, ਇਹ ਤਾਂ ਮੈਨੂੰ ਕੁਦਰਤੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਦੋਂ ਮੈਂ ਜੇਲ੍ਹ 'ਚੋਂ ਬਾਹਰ ਆਇਆ ਕੁਦਰਤੀ ਮੈਨੂੰ ਕਿਤੇ ਟੱਕਰ ਗਏ। ਉਹ ਚਲੋ ਕਦਰ ਕਰਦੇ ਸੀਗੇ, ਉਹਨਾਂ ਨੇ ਪਿਆਰ ਨਾਲ ਕੰਢ 'ਤੇ ਹੱਥ ਫੇਰਿਆ, ਮੈਨੂੰ ਕਹਿੰਦੇ ਕਾਕਾ ਕੀ ਕਰਦੇ ਹੁੰਦੇ ਜੀ, ਮੈਂ ਆਖਿਆ ਜੀ ਕੁਛ ਨਹੀਂ, ਬਸ ਜਿੰਨੀ ਕੁ ਸੇਵਾ ਹੁੰਦੀ ਉੰਨੀ ਕਰ ਸਕਦੀ, ਉਹਦੇ ਤੁਸੀਂ ਕਾਕਾ ਕੋਈ ਅਕਾਲੀ ਦਲ 'ਚ ਆਓ, ਤੁਸੀਂ ਨੌਜਵਾਨ ਜੀ, ਉਹ ਤਾਂ ਨੌਜਵਾਨ ਸੀ, ਚਲੋ ਅਤੇ ਤੁਹਾਡੇ ਵਰਗਿਆਂ ਦੀ ਲੋੜ ਆ, ਹਾਂਜੀ ਤੁਹਾਡੇ 'ਚ ਜਜ਼ਬਾ ਆ, ਕੌਮ ਦਾ ਜਜ਼ਬਾ ਆ, ਪੰਥਕ ਜਜ਼ਬਾ ਆ, ਹਾਂਜੀ ਤੁਰੋ ਤੁਸੀਂ ਇੱਧਰ ਆਓ, ਹੈਗਾ ਮਨ ਤਾਂ ਤੁਰੋ ਮੈਂ ਤੁਹਾਡੇ ਨਾਲ। ਬਸ ਉਹਨਾਂ ਦੇ ਕਹਿਣ 'ਤੇ ਤੁਰ ਪਏ, ਉਹਨਾਂ ਨੇ ਐਵੇਂ ਕਹਿ ਦੀਏ ਨਾ ਬਾਂਹ ਛੱਡੀ ਆ ਨਾ ਗੁੜ ਛੱਡਿਆ ਆ, ਅਤੇ ਕੰਮ ਕਰਨ ਵਾਲਾ ਆਪਾਂ ਵੀ ਕਸਰ ਕੋਈ ਨਹੀਂ ਛੱਡੀ। ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਬਲਟੂਹਾ ਉਹਦਾ ਸਿਪਾਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਨੀਤੀ 'ਤੇ ਵਿਰਸਾ ਸਿੰਘ ਨੂੰ ਮਾਣ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਤੋਂ ਬਾਹਰ ਵਿਰਸਾ ਸਿੰਘ ਬਲਟੂਹਾ ਨਹੀਂ ਸੋਚ ਸਕਦਾ। ਜੇ ਕਿ ਬੀਬਾ ਬੀਬੀ ਪਰਮਜੀਤ ਖਾਲੜਾ ਜਿਹੜੀ ਹੈ ਜੀ, ਮੇਰੀ ਤਾਂ ਉਹਨਾਂ ਨੂੰ ਸਾਂਝ ਹੈ, ਠੀਕ ਹੈ ਨਾ, ਔਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਮੇਰੀ ਨਜ਼ਦੀਕੀ ਸਾਂਝ ਰਹੀ ਹੈ। ਉਹ ਤਾਂ ਅਕਾਲੀ ਦਲ ਦੇ ਜਨਰਲ ਸਕੱਤਰ ਸੀਗੇ ਜੀ, ਹਿਊਮਨ ਰਾਈਟਸ ਵਿੰਗ ਦੇ ਅਖੀਰ ਤੱਕ ਆਖਰੀ ਸਵਾਸ ਤੱਕ ਉਹ ਅਕਾਲੀ ਦਲ ਦਾ ਹਿੱਸਾ ਸੀਗੇ। ਅਜੇ ਕਿ ਭਾਵੇਂ ਮੈਂ ਬੀਬੀ ਜੀ ਨੂੰ ਕਹਿੰਦਾ ਰਿਹਾ ਕਿ ਤੁਸੀਂ ਅਕਾਲੀ ਦਲ ਵੱਲੋਂ ਲੜ ਲਓ, ਹਾਂਜੀ ਹੁਣ ਤੱਕ ਵੀ ਮੈਂ ਜ਼ੋਰ ਲਾਉਂਦਾ ਰਿਹਾ, ਹਾਂਜੀ ਚਲੋ ਉਹਨਾਂ ਨੇ ਕਿਉਂ ਨਹੀਂ ਲੜੀ, ਕਿਵੇਂ ਨਹੀਂ ਲੜੀ, ਕਿਵੇਂ ਉਹ ਅਕਾਲੀ ਦਲ ਤੋਂ ਦੂਰ ਚਲੇ ਗਏ, ਉਹਨਾਂ ਦੀ ਮਰਜ਼ੀ ਹੈ, ਠੀਕ ਹੈ ਨਾ। ਪਰ ਜਿੱਥੇ ਅਕਾਲੀ ਦਲ ਦਾ ਫੈਸਲਾ ਆਊਗਾ, ਜੋ ਫੈਸਲਾ ਆਊਗਾ, ਵਿਰਸਾ ਸਿੰਘ ਬਲਟੂਹਾ ਦੀ ਇੰਟਰਸਟ ਹੈ ਯਾਰ ਕੀ ਇਲੈਕਸ਼ਨ ਲੜਨ 'ਚ? ਨਹੀਂ ਨਾ ਤਾਂ ਮੈਂ ਦੇਖੋ, ਮੈਂ ਤਾਂ ਪਹਿਲੀ ਤਾਂ ਗੱਲ ਹੈ ਜੀ, ਮੈਂ ਕਦੇ ਟਿਕਟ ਮੰਗ ਕੇ ਲਈ ਨਹੀਂ, ਨਾ ਮੈਂ ਅਹੁਦਾ ਮੰਗ ਕੇ ਲਿਆ ਅਤੇ ਨਾ ਮੈਂ ਇਹਨਾਂ ਰਾਹਾਂ ਦਾ ਪਾਉਂਦੀ ਸੀਗਾ। ਮੈਂ ਤਾਂ ਜਦੋਂ ਅਸੀਂ ਕਾਲਜ ਪੜ੍ਹਦੇ ਸੀਗੇ, ਮੈਂ ਤਾਂ ਉਹ ਸੀਗਾ ਕਿ ਸਾਡੇ ਦਿਮਾਗਾਂ 'ਚ ਬਿਠਾ ਦਿੱਤਾ ਗਿਆ ਸੀ ਜਾਂ ਪਰੋਸਿਆ ਅਜਿਹਾ ਗਿਆ ਸੀ ਜਾਂ ਅਸੀਂ ਮਹਿਸੂਸ ਕਰਦੇ ਸੀ ਉਸ ਸਮੇਂ, ਅਸੀਂ ਵੀ ਸਿਆਸਤ ਨੂੰ ਆਮ ਕਰਕੇ ਜਿਸ ਤਰ੍ਹਾਂ ਹੁੰਦਾ ਨਾ ਨਫ਼ਰਤ ਜੀ ਦੀ ਨਿਗਾਹ ਦੇ ਨਾਲ ਹੀ ਅਸੀਂ ਦੇਖਦੇ ਸੀ। ਪਰ ਇਹ ਸਬੱਬ ਬਣਦੇ ਨੇ ਔਰ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਸੋਝੀ ਆਉਂਦੀ ਹੈ।
ਔਰ ਨਾ ਮੈਂ ਰਾਜਨੀਤੀ 'ਚ ਆਉਣਾ ਚਾਹੁੰਦਾ ਸੀਗਾ। ਇਹ ਤਾਂ ਮੈਨੂੰ ਕੁਦਰਤੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਦੋਂ ਮੈਂ ਜੇਲ੍ਹ 'ਚੋਂ ਬਾਹਰ ਆਇਆ ਕੁਦਰਤੀ ਮੈਨੂੰ ਕਿਤੇ ਟੱਕਰ ਗਏ। ਉਹ ਚਲੋ ਕਦਰ ਕਰਦੇ ਸੀਗੇ, ਉਹਨਾਂ ਨੇ ਪਿਆਰ ਨਾਲ ਕੰਡ 'ਤੇ ਹੱਥ ਫੇਰਿਆ, ਮੈਨੂੰ ਕਹਿੰਦੇ ਕਾਕਾ ਕੀ ਕਰਦੇ ਹੁੰਦੇ ਜੀ, ਮੈਂ ਕਿਹਾ ਜੀ ਕੁਛ ਨਹੀਂ ਬਸ ਜਿੰਨੀ ਕੁ ਸੇਵਾ ਹੁੰਦੀ ਉੰਨੀ ਕਰ ਸਕੀ ਦੀ। ਉਹਦੇ ਤੁਸੀਂ ਕਾਕਾ ਕੋਈ ਅਕਾਲੀ ਦਲ 'ਚ ਆਓ, ਤੁਸੀਂ ਨੌਜਵਾਨ ਜੀ, ਉਹ ਤਾਂ ਨੌਜਵਾਨ ਸੀ, ਚਲੋ ਅਤੇ ਤੁਹਾਡੇ ਵਰਗਿਆਂ ਦੀ ਲੋੜ ਆ, ਹਾਂਜੀ ਤੁਹਾਡੇ 'ਚ ਜਜ਼ਬਾ ਆ, ਕੌਮ ਦਾ ਜਜ਼ਬਾ ਆ, ਪੰਥਕ ਜਜ਼ਬਾ ਆ, ਹਾਂਜੀ ਤੁਰੋ ਤੁਸੀਂ ਇੱਧਰ ਆਓ, ਹੈਗਾ ਮਨ ਤਾਂ ਤੁਰੋ ਮੈਂ ਤੁਹਾਡੇ ਨਾਲ। ਬਸ ਉਹਨਾਂ ਦੇ ਕਹਿਣ 'ਤੇ ਤੁਰ ਪਏ। ਉਹਨਾਂ ਨੇ ਐਵੇਂ ਕਹਿ ਦਈਏ ਨਾ ਬਾਂਹ ਛੱਡੀ ਆ ਨਾ ਗੁੜ ਛੱਡਿਆ ਹੋਇਆ, ਅਤੇ ਕੰਮ ਕਰਨ ਵਾਲਾ ਆਪਾਂ ਨੂੰ ਕਸਰ ਕੋਈ ਨਹੀਂ ਛੱਡੀ।